बीती रात लखा सिधाणा दे भरा गुरदीप सिंह नूं बठिंडा दे सरकारी हस्पताल जख्मी हालत विच भर्ती करवाया गया सी। गुरदीप सिंह दे शरीर उपर गंभीर सट्टां दे निशान सन। इल्जाम ने कि गुरदीप सिंह नूं दिल्ली पुलिस ने पटियाला तो जबरदस्ती चुकिया अते उसकी बुरी तरह कुटमार कीती। उधर इस घटना तो बाद हुण लखा सिधाणा अते उसके भरा दे हक विच कांग्रेसी विधायक नवजोत सिंह सिद्धू उतर आए ने। नवजोत सिद्धू ने लखा सिधाणा नूं हैशटैग राही टैग करके इस घटना नूं शर्मनाक करार दिता है अते अपना ट्वीट पाया है। सिद्धू ने अपने ट्वीट विच कहा है कि यह शर्मनाक गल है कि दिल्ली पुलिस नूं साडे अधिकार खेतर अंदर पंजाबियों ते तशद्दुद करन दी आग्या दित्ती गई है। यह पंजाब सरकार दे अधिकारां दी उलंघना है। उन्हां सवाल किया कि आखिर अजिहा किस दी शह ते हो रहा है। उन्हें अगे लिखा है कि ममता बनर्जी तो कुछ सीखना चाहिए जिन्होंने CBI के अधिकारियों जेली डक दिता सी जदों उन्होंने पछमी बंगाल के अधिकार खेत्र अंदर घुसपैठ की सी। उधर इस तो पहला अपने भरा नूं मिलन पहुंचे लखा सिधाणा ने बीती रात पंजाब सरकार नूं सवालां दे घेरे विच खड़ा किया सी। सिधाणा ने इल्जाम लाया सी कि आखिर पंजाब पुलिस नूं सूचित किते बिना दिल्ली पुलिस पंजाब विच किसे नूं किवें गिरफ्तार कर सकती है। उन्हां मांग कीती सी कि पंजाब सरकार दिल्ली पुलिस उपर परचा दर्ज करे। लखा सिधाणा ने होर की कुछ कहा सी एक बार तुहानूं दुबारा सुना दिंदे आं। ਸੈੱਲ ਵਾਲਿਆਂ ਜਿਨ੍ਹਾਂ ਨੇ ਦੀਪ ਨੂੰ ਫੜਿਆ ਸੀ ਕਹਿੰਦਾ ਫਿਰ ਮੈਨੂੰ ਪਤਾ ਲੱਗਿਆ ਵੀ ਇਹ ਪੁਲਿਸ ਵਾਲੇ ਆ। ਡਰਾਈ ਧਮਕਾਈ ਗਏ ਤੇਰਾ ਇਨਕਾਊਂਟਰ ਕਰ ਦਿਆਂਗੇ ਆਹ ਕਰ ਦਿਆਂਗੇ ਉਹ ਕਰ ਦਿਆਂਗੇ। ਮੈਂ ਕਿਹਾ ਪੁੱਛਦੇ ਕੀ ਸੀ ਕਹਿੰਦਾ ਪੌਦੇ ਲੱਖਾਂ ਦੱਸ ਕਿੱਥੇ। ਉਹ ਕਹਿੰਦਾ ਜੀ ਮੈਂ ਤਾਂ ਮੈਨੂੰ ਪਤਾ ਨਹੀਂ। ਕਹਿੰਦੇ ਨਹੀਂ ਤੂੰ ਉਹਦੀਆਂ ਇੰਟਰਵਿਊਆਂ ਕਰਾਉਣਾ, ਤੂੰ ਉਹਦੀਆਂ ਰੇਲਿੰਗਾਂ ਦਾ ਪ੍ਰਬੰਧ ਕਰਨਾ, ਉਹ ਕਰਨਾ, ਵਾਹ ਕਰਦਾ, ਤੂੰ ਉਹਦੇ ਘਰ ਦਾ ਕੰਮ ਤੂੰ ਉਹਦੇ ਮਗਰੋਂ ਸਾਂਭਦਾ। ਤੋ ਇਸ ਤਰ੍ਹਾਂ ਦਾ ਇਹਨਾਂ ਨੇ ਕਾਫੀ ਜਣੇ ਉਹਦੇ ਨਾਲ ਉੱਥੇ ਜਾ ਕੇ ਬਾਈ ਤੁਸੀਂ ਦੇਖ ਕੇ ਆਏ ਹੋ ਕਿਵੇਂ ਯਾਰ 2 ਮਹੀਨੇ ਬਾਈ ਇਹ ਬਿਚਾਰਾ ਜਵਾਕ ਬਿਮਾਰ ਰਿਹਾ ਕਿਉਂਕਿ ਮੇਰਾ ਸੰਘਰਸ਼ ਵੀ ਨਹੀਂ ਜਾਂਦਾ ਸੀ। DMC 2 ਮਹੀਨੇ ਦਾ ਹਰ ਰਿਹਾ ਤਾਂ ਇਹ ਮਤਲਬ ਕਿ ਤਲੀਆਂ ਕੁੱਟੀਆਂ ਗਈਆਂ, ਬੁਰਾ ਹਾਲ ਕਰਤਾ ਹਨ। ਤਾਂ ਇੰਨਾ ਯਾਰ ਤਸ਼ੱਦਦ ਇੰਨੀ ਨੇਰ ਕਰਦੀ, ਗੁੰਡਾ ਕਰਦੀ, ਬੁਰਸ਼ਾ ਕਰਦੀ ਜਿਹੜੀ ਕਹੂੰਗਾ ਮੈਂ ਪੁਲਿਸ ਦੀ ਹੈਗੀ ਆ। ਪਹਿਲਾਂ ਵੀ ਸਾਡੇ ਮੁੰਡਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਸਮੇਂ ਸਮੇਂ 'ਤੇ ਜੇਲ੍ਹਾਂ 'ਚ ਤਸ਼ੱਦਦ ਕੀਤਾ ਗਿਆ, ਥਾਣਿਆਂ 'ਚ ਕੁੱਟੇ ਗਏ ਸਾਡੇ ਮੁੰਡੇ। ਤਾਂ ਉਦੋਂ ਵੀ ਹਾਲਾਤ ਹੁਣ ਇਹਨਾਂ ਨੇ ਜਿਹੜੇ ਮੇਰੇ ਵਰਗੇ ਬੰਦੇ ਨੇ ਇਸ ਸੰਘਰਸ਼ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰਤਾ। ਤਾਂ ਮਕਸਦ ਇੱਕੋ ਹੀ ਆ ਇਹਨਾਂ ਦਾ, ਸਾਫ਼ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੇ ਵੀ ਅੰਦੋਲਨ ਦੇ ਵਿੱਚ ਲੱਗੇ ਹੋਏ ਲੋਕ ਨੇ ਉਹਨਾਂ ਨੂੰ ਪਿੱਛੇ ਕਰ ਦਿਓ, ਡਰਾ ਦਿਓ, ਪਰਚੇ ਦੇ ਦਿਓ, ਜਾਂ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿਓ। ਕਿਵੇਂ ਨਾ ਕਿਵੇਂ ਇਸ ਅੰਦੋਲਨ ਨੂੰ ਇਹ ਖਦੇੜਨਾ ਚਾਹੁੰਦੇ ਆ, ਕਿਉਂਕਿ ਇਹਨਾਂ ਨੂੰ ਦੱਸਿਆ ਨੇ ਕਹਿੰਦਾ ਟ੍ਰੇਲਰ ਇਹਨਾਂ ਨੂੰ ਦਿਖਾਇਆ ਜਿਹੜਾ ਫਿਲਮ ਦਾ ਲੱਖਣ ਨੂੰ ਦੱਸਦੀ ਵੀ ਕਈ ਗੁਣਾ ਮਾੜੀ ਕਰਾਂਗੇ, ਜਾਂ ਤਾਂ ਪੇਸ਼ ਹੋ ਜਾ ਸਿਆਸਤ ਦਾ ਛੱਡ ਖਿਹੜਾ ਅਤੇ ਜਾਂ ਅਸੀਂ ਹੋ ਸਕਦਾ ਇਨਕਾਊਂਟਰ ਵੀ ਕਰ ਦਈਏ। ਯਾਨੀ ਇਸ ਤਰ੍ਹਾਂ ਦਾ ਇਹ ਮਾਹੌਲ ਜਿਹੜਾ ਮਤਲਬ ਕਿ ਬਣਾਇਆ ਦਿੱਲੀ ਪੁਲਿਸ ਵੱਲੋਂ ਜਾ ਰਿਹਾ। ਸੋ ਮੈਂ ਮੰਗ ਕਰਦਾ, ਸਭ ਤੋਂ ਪਹਿਲਾਂ ਮੈਂ ਮੰਗ ਕਰਦਾ ਪੰਜਾਬ ਸਰਕਾਰ ਤੋਂ, ਸਿੱਧਾ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ, ਕਿ ਤੇਰੀ ਜ਼ਿੰਮੇਵਾਰੀ ਬਣਦੀ ਆ, ਤੇਰੀ ਰਿਸਪੋਂਸੀਬਿਲਟੀ ਬਣਦੀ ਆ ਕਿ ਪਟਿਆਲੇ ਦੇ ਵਿੱਚੋਂ ਚੱਕ ਕੇ ਲਿਜਾਂਦੀ ਆ ਦਿੱਲੀ ਪੁਲਿਸ। ਕੋਈ ਤਲਾਹ ਨਹੀਂ ਦਿੱਤੀ ਗਈ, ਕੋਈ ਥਾਣੇ ਦਰਜ ਨਹੀਂ ਕਰਾਇਆ ਗਿਆ, ਸਿੱਧਾ ਚੱਕ ਕੇ ਲਿਜਾਂਦੀ ਆ, ਸਿੱਧਾ ਦਿੱਲੀ ਪੁਲਿਸ 'ਤੇ ਪਰਚਾ ਬਣਦਾ। ਦੂਜੀ ਮੈਂ ਬੇਨਤੀ ਕਰਦਾ ਜਿੰਨੇ ਸਾਡੇ ਸੰਯੁਕਤ ਸਾਂਝਾ ਮੋਰਚਾ ਉਹਨਾਂ ਦੇ ਆਗੂਆਂ ਨੂੰ ਕਿ ਸੋਨੂੰ ਇਹਦੇ ਫੌਰੀ ਐਕਸ਼ਨ ਲੈਣਾ ਚਾਹੀਦਾ, ਅਤੇ ਨਹੀਂ ਯਾਦ ਰੱਖਿਓ ਵਾਰੀ ਭਰਾਓ ਸਭ ਦੀ ਆਉਣੀ ਆ। ਇਹ ਐਂ ਨਹੀਂ ਪਤਾ ਫਿਰ ਕੱਲ੍ਹ ਨੂੰ ਕਿਸੇ ਦਾ ਵੀ ਧੀ ਪੁੱਤ ਇਸ ਕਰਕੇ ਨਹੀਂ ਮੈਂ ਕਹਿੰਦਾ ਕਿ ਮੇਰਾ ਭਰਾ ਮੈਨੂੰ ਜ਼ਿਆਦਾ ਦੁੱਖ ਲੱਗਾ। ਮੈਂ ਕਹਿੰਦਾ ਮੈਨੂੰ ਉਹਨਾਂ ਸਾਰਿਆਂ ਦਾ ਦੁੱਖ ਆ ਜਿਹੜੇ ਪਹਿਲਾਂ ਵੀ ਕੁੱਟਮਾਰ ਜਿਹਨਾਂ ਨਾਲ ਕੀਤੀ ਤਸ਼ੱਦਰ ਹੋਇਆ, ਹੋਰਾਂ ਨਾਲ ਵੀ ਹੋਣਾ ਹਲੇ। ਤਾਂ ਪਤਾ ਨਹੀਂ ਕੱਲ੍ਹ ਨੂੰ ਕਿਸੇ ਦੇ ਧੀ ਪੁੱਤ ਨੂੰ ਕੋਈ ਪੜ੍ਹਨ ਗਿਆ, ਕੋਈ ਖੇਤ ਗਿਆ, ਕੋਈ ਕਿਤੇ ਰਿਸ਼ਤੇਦਾਰੀ 'ਚ ਗਿਆ, ਕਿਤੇ ਵੱਡੇ ਤੋਂ ਚੱਕ ਲੈਣ, ਕਿਤੋਂ ਮਰਜ਼ੀ ਚੱਕ ਲੈਣ, ਕੁੱਟਮਾਰ ਲਈ ਫਿਰਦੇ ਸਭ ਦੀਆਂ ਲੋਕੇਸ਼ਨ ਨੰਬਰ ਲਾਈ ਫਿਰਦੇ ਸਭ ਦੇ, ਖਬਰਾਂ ਕਿੱਥੋਂ ਚੱਕ ਕੇ ਲੈ ਜਾਣਗੇ। ਸੋ ਇਹ ਮਾਹੌਲ ਜਿਹੜਾ ਜਾਣ ਬੁੱਝ ਕੇ ਪੰਜਾਬ ਦੇ ਵਿੱਚ ਇੱਕ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ, ਅਤੇ ਮੈਂ ਇਹਦੇ 'ਤੇ ਸੰਯੁਕਤ ਮੋਰਚੇ ਨੂੰ ਕਹਿੰਦਾ ਕਿ ਸੋਨੂੰ ਵੀ ਫੌਰੀ ਐਕਸ਼ਨ ਲੈਣਾ ਚਾਹੀਦਾ, ਸਮਾਂ ਰਹਿੰਦੇ ਪਹਿਲਾਂ ਹੀ ਲੈ ਲੈਂਦੇ ਤਾਂ ਇਹ ਨੌਬਤਾਂ ਨਹੀਂ ਆਉਣੀਆਂ ਸੀ। ਆਉਣ ਵਾਲੇ ਸਮੇਂ 'ਚ ਨੌਬਤਾਂ ਨਾ ਆਉਣ 'ਤੇ ਇਹ ਐਕਸ਼ਨ ਲੈ ਕੇ ਦਿੱਲੀ ਪੁਲਿਸ 'ਤੇ ਪਰਚਾ ਦਰਜ ਕਰਾਉਣਾ ਚਾਹੀਦਾ। ਅਤੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਸੋਨੂੰ ਇਕੱਠੇ ਹੋਣਾ ਚਾਹੀਦਾ, ਇਹ ਨਾ ਹੋਵੇ ਕੱਲ੍ਹ ਨੂੰ ਜੇ ਕੋਈ ਕਿਸੇ ਨੂੰ ਇਹ ਫੜਨ ਵੀ ਆਉਂਦੇ ਆ ਕਿਸੇ ਨੂੰ ਪੈਂਦਾ ਰੌਲਾ ਪਾਓ, ਨਾਲ ਨਾਲ ਸਾਰੇ ਲੋਕ ਇਕੱਠੇ ਹੋ ਕੇ ਇਹਨਾਂ ਨੂੰ ਘੇਰ ਲਓ, ਤਾਂ ਹੀ ਸਾਡੀ ਬਚਤ ਹੋ ਸਕਦੀ ਹੈ। ਨਹੀਂ ਇਕੱਲੇ ਇਕੱਲੇ ਨੂੰ ਚੱਪ ਚੁੱਪੀ 'ਤੇ ਚੱਕ ਕੇ ਗੱਡੀਆਂ ਸੱਟ ਕੇ ਲਿਜਾ ਜਾ, ਕੁੱਟ ਕੁੱਟ ਕੇ ਹੋ ਸਕਦਾ ਕੱਲ੍ਹ ਨੂੰ ਮਾਰ ਵੀ ਦੇਣ। ਸਾਨੂੰ ਤਾਂ ਚਲੋ ਪਤਾ ਲੱਗ ਗਿਆ, ਰਿਕਾਰਡਿੰਗ ਆ ਗਈ, ਨਹੀਂ ਸਾਨੂੰ ਪਤਾ ਵੀ ਨਹੀਂ ਸੀ ਲੱਗਣਾ ਵੀ ਕੌਣ ਚੱਕ ਕੇ ਲੈ ਗਿਆ, ਕਿੱਥੋਂ ਲੈ ਗਿਆ। ਸੋ ਇਸ ਤਰ੍ਹਾਂ ਦਾ ਇਹ ਜਿਹੜਾ ਇਸ ਤਰ੍ਹਾਂ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਦਿੱਲੀ ਸਰਕਾਰ ਵੱਲੋਂ, ਦਿੱਲੀ ਪੁਲਿਸ ਵੱਲੋਂ, ਤਾਂ ਇਹ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦਾ ਤੇਰੀ ਜ਼ਿੰਮੇਵਾਰੀ ਬਣਦੀ ਆ। ਤੂੰ ਕਹਿੰਦਾ ਕਿ ਮੈਂ ਪੰਜਾਬ ਦੇ ਲੋਕਾਂ ਦਾ ਰੱਖਾਂ, ਮੇਰੀ ਜ਼ਿੰਮੇਵਾਰੀ ਹਰ ਗੱਲ ਦਿੱਤਾ, ਤੇਰੀ ਇੱਥੇ ਵੀ ਜ਼ਿੰਮੇਵਾਰੀ ਬਣਦੀ, ਇਸ ਤਰ੍ਹਾਂ ਦਾ ਮਾਹੌਲ ਜਿਹੜਾ ਪੈਦਾ ਹੋਣ ਤੋਂ ਪੰਜਾਬ 'ਚ ਬਚਾਇਆ ਜਾਵੇ। ਅਸੀਂ ਬਾਈ ਇਹੀ ਆ ਵੀ ਹੁਣ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰੂੰਗਾ, ਜਥੇਬੰਦੀਆਂ ਨੂੰ ਅਪੀਲ ਕਰੂੰਗਾ ਵੀ ਜੇ ਕੋਈ ਨਹੀਂ ਇਸ ਤਰ੍ਹਾਂ ਦਾ ਪਰਚਾ ਦਰਜ ਹੁੰਦਾ ਸੀ ਆਪ ਵੀ ਖੁਦ ਤਾਂ ਸੜਕਾਂ 'ਤੇ ਉਤਰਾਂਗੇ ਬਾਈ, ਫਿਰ ਇਦੂ ਅਗਲਾ ਰਾਹ ਸਾਡਾ ਇਹੀ ਹੋਊਗਾ।
ਕਿਸੇ ਵੀ ਹਰ ਹਾਲਤ ਦੇ ਵਿੱਚ ਦਿੱਲੀ ਪੁਲਿਸ ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ। ਤੁਸੀਂ ਇਹਦੀ ਮੈਂ ਕਹਿੰਦਾ ਕੋਈ ਸੈਕਟਰ ਬਣਾ ਦਿੱਤੀ ਜਾਵੇ ਪੰਜਾਬ ਦੇ ਵਿੱਚ, CBI ਤੋਂ ਇਹਦੀ ਜਾਂਚ ਹੋਣੀ ਚਾਹੀਦੀ ਹੈ। ਮੈਂ ਤਾਂ ਇਹ ਮੰਗ ਕਰਦਾ ਕਿ ਇਹ ਤਾਂ ਬਹੁਤ ਵੱਡੀ ਨੇਰਗਰਦੀ ਹੈ, ਗੁੰਡਾਗਰਦੀ ਹੈ। ਫਿਰ ਡਰਾਇਆ ਗਿਆ ਵੀ ਜੇ ਜਾ ਕੇ ਬੋਲਿਆ ਦੱਸਿਆ ਪ੍ਰੈਸ 'ਚ ਆਇਆ ਹਿਸਾਬ ਲਾ ਲਈ ਦੁਬਾਰੇ ਚੱਕ ਕੇ ਲੈ ਜਾਂਗੇ, ਪਤਾ ਵੀ ਨਹੀਂ ਲੱਗਣ ਦੇਣਾ ਤੇਰਾ ਕਿੱਧਰ ਖਪਾਤਾ। ਸੋ ਇਸ ਤਰ੍ਹਾਂ ਦਾ ਜਿਹੜਾ ਉਹਨਾਂ ਨੇ ਛੱਦਰ ਇਹਦੇ ਕੀਤਾ। ਕੀ ਲੱਗਦਾ ਕਿ ਬਾਹਰੀ ਸਟੇਟ ਦੀ ਪੁਲਿਸ ਨੇ ਇੰਟਰਫੇਅਰ ਕਰਦੀ ਆ ਪੰਜਾਬ ਦੇ ਵਿੱਚ, ਤੁਹਾਨੂੰ ਲੱਗਦਾ ਨਾ ਮਿਲੀ ਪੁਲਿਸ? ਪੰਜਾਬ ਮੈਂ ਕਹਿੰਦਾ ਫੇਲੀਅਰ ਪੰਜਾਬ ਪੁਲਿਸ ਦਾ, ਕਿਉਂ ਕਿਉਂ ਹੋ ਰਿਹਾ ਯਾਰ? ਪੰਜਾਬ ਸਰਕਾਰ ਕਿੱਥੇ ਗਈ? ਐਂਦਾ ਫਿਰ ਕੋਈ ਵੀ ਸੂਬੇ ਦੇ ਮਤਲਬ ਕਿ ਪੁਲਿਸ ਆਊਗੀ ਪੰਜਾਬ 'ਚ ਕਿਸੇ ਨੂੰ ਵੀ ਚੱਕ ਕੇ ਲੈ ਜੂਗੀ? ਕੀ ਪੰਜਾਬ ਪੁਲਿਸ ਬਿਹਾਰ ਯੂਪੀ ਬੰਗਾਲ ਦਿੱਲੀ ਦੇ ਬੰਦਿਆਂ ਨੂੰ ਇਹ ਚੱਕ ਕੇ ਲਿਆ ਸਕਦੀ ਹੈ? ਆ ਸਾਡੀ ਪੁਲਿਸ ਗਈ ਸੀਗੀ ਪੰਜਾਬ ਵਾਲੀ ਹਰਿਆਣੇ ਦੇ ਵਿੱਚ ਨਸ਼ਾ ਤਸਕਰਾਂ ਨੂੰ ਫੜਨ, ਤੇ ਮਤਲਬ ਕਿ ਨਾਲੇ ਤਲਾਹ ਦਿੱਤੀ ਵੀ ਸਾਡੀ ਪੁਲਿਸ ਦਾ ਉਹਨਾਂ ਨੇ ਉਹ ਹਾਲ ਕੀਤਾ, ਸਾਡੇ ਮੁਲਾਜ਼ਮਾਂ ਨੂੰ ਇੰਨਾ ਕੁੱਟਿਆ ਮਾਰਿਆ, ਸਿਰ ਤੱਕ ਪਾੜ ਤੇ ਬਾਹਾਂ ਉਹਨਾਂ ਦੀਆਂ ਤੋੜਤੀਆਂ ਮੁਲਾਜ਼ਮਾਂ ਦੀਆਂ, ਤੇ ਉਲਟੀ ਉੱਥੇ ਹਰਿਆਣੇ ਵਾਲੇ ਉਹਨਾਂ ਲੋਕਾਂ ਦੇ ਹੱਕ 'ਚ, ਹਰਿਆਣਾ ਸਰਕਾਰ ਨਾਲ ਲੋਕਾਂ ਦੇ ਹੱਕ 'ਚ ਹੋ ਕੇ ਖੜ ਗਈ ਸੀਗੀ। ਤੇ ਸਾਡੀਆਂ ਪੁਲਿਸਾਂ ਨਾਲ ਤਾਂ ਐਂ ਹੁੰਦਾ ਬਾਹਰਲੇ ਸੂਬਿਆਂ 'ਚ, ਤੇ ਸਾਡੇ ਵਾਲਿਆਂ ਨੂੰ ਪਤਾ ਵੀ ਨਹੀਂ ਲੱਗਦਾ ਚੱਕ ਕੇ ਅਗਲਾ ਇੱਥੋਂ ਲੈ ਜਾਂਦਾ ਦੀ ਮਨਮਰਜ਼ੀ ਕਰਦਾ। ਨਵਜੋਤ ਸਿੰਘ ਸਿੱਧੂ ਦੇ ਇਸ ਟਵੀਟ ਨੇ ਪੰਜਾਬ ਦੀ ਸਿਆਸਤ ਦੇ ਹਾਲਾਤ ਹੁਣ ਮੁੜ ਤੋਂ ਗੰਭੀਰ ਕਰ ਦਿੱਤੇ ਨੇ। ਸਿੱਧੂ ਨੇ ਸਿੱਧੇ ਤੌਰ ਤੇ ਕਾਂਗਰਸ ਤੇ ਸਵਾਲ ਚੁੱਕੇ ਨੇ ਕਿ ਆਖਿਰ ਦਿੱਲੀ ਪੁਲਿਸ ਕਿਸ ਦੀ ਸ਼ਹਿ ਤੇ ਪੰਜਾਬੀ ਨੌਜਵਾਨਾਂ ਨੂੰ ਪੰਜਾਬ ਅੰਦਰੋਂ ਚੁੱਕ ਰਹੀ ਹੈ, ਜਿਸ ਦਾ ਸਿੱਧਾ ਸਿੱਧਾ ਇਸ਼ਾਰਾ ਪੰਜਾਬ ਸਰਕਾਰ ਵੱਲ ਜਾਂਦਾ ਹੈ। ਹੁਣ ਇਹੀ ਦੇਖਣਾ ਹੋਵੇਗਾ ਕਿ ਸਿੱਧੂ ਅਤੇ ਸਿਧਾਣਾ ਦੇ ਇਹਨਾਂ ਇਲਜ਼ਾਮਾਂ ਦਾ ਪੰਜਾਬ ਸਰਕਾਰ ਵੱਲੋਂ ਕਿਹੋ ਜਿਹਾ ਜਵਾਬ ਦਿੱਤਾ ਜਾਂਦਾ ਹੈ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ। ਮੇਰਾ ਨਾਮ ਨੀਲਮ ਹੈ, ਮੇਰੇ ਘਰ ਦਾ ਨਾਮ ਸਰਦਾਰ ਸੂਬਾ ਸਿੰਘ ਆ, ਅਸੀਂ ਪਿੰਡ ਆਲੇਵਾਲ ਦੇ ਰਹਿਣ ਵਾਲੇ ਹਾਂ, ਫਿਰੋਜ਼ਪੁਰ ਜ਼ਿਲ੍ਹਾ ਫਿਰੋਜ਼ਪੁਰ। ਅਤੇ ਮੇਰੇ ਕੈਂਸਰ ਹੋ ਗਿਆ ਸੀ 2000 ਵਿੱਚ, ਅਤੇ ਮੈਂ PGI ਚੰਡੀਗੜ੍ਹ ਤੋਂ ਇਲਾਜ ਕਰਵਾਇਆ ਸੀ ਜੀ। ਉੱਥੋਂ ਓਪਰੇਸ਼ਨ ਕੀਤਾ ਉਹਨਾਂ ਨੇ ਮੇਰਾ, ਓਪਰੇਸ਼ਨ ਕਰਤਾ ਅਤੇ ਇਲਾਜ ਲੂਜ ਤੋਂ ਬਾਅਦ ਮੈਂ 2 ਸਾਲ ਬਾਅਦ ਫਿਰ ਕੈਂਸਰ ਫੁੱਟ ਪਿਆ। ਫਿਰ ਮੈਨੂੰ ਇਹਨਾਂ ਦੱਸਿਆ ਰੋਮੋਸਟੈਟਿਕ ਵਾਲਿਆਂ ਦਾ, ਫਿਰ ਮੈਂ ਇੱਥੇ ਚਲੀ ਗਈ ਅਤੇ ਇੱਥੇ ਮੈਨੂੰ ਜਾਂਦਿਆਂ ਉਹਨਾਂ ਨੇ 8 ਦਿਨ ਦੀ ਦਵਾਈ ਦਿੱਤੀ, ਅਤੇ 8 ਦਿਨ ਬਾਅਦ ਮੈਨੂੰ ਥੋੜ੍ਹਾ ਫਰਕ ਪੈਣਾ ਸ਼ੁਰੂ ਹੋ ਗਿਆ ਕਿ ਮੈਨੂੰ ਪਹਿਲਾਂ ਐਂ ਸੀਗਾ ਕਿ ਨਹੀਂ ਬਚਦੀ, ਫਿਰ ਮੜ ਕੇ ਜਦੋਂ ਇਹਨਾਂ ਦਵਾਈ ਦਿੱਤੀ ਉਹਦੇ ਨਾਲ ਮੈਨੂੰ ਬਹੁਤ ਫਰਕ ਪੈ ਗਿਆ। 8 ਦਿਨਾਂ 'ਚ ਥੋੜ੍ਹਾ ਜਿਹਾ ਪੈਣਾ ਫਰਕ ਹੋ ਗਿਆ। 3 ਮਹੀਨੇ ਦਾ ਇਲਾਜ ਸੀ ਇਹਨਾਂ ਦਾ ਵੀ 3 ਮਹੀਨੇ ਅਸੀਂ ਦਵਾਈ ਖਵਾਵਾਂਗੇ ਫਿਰ ਠੀਕ ਕਰਾਂਗੇ ਤੈਨੂੰ। ਉਹ 3 ਮਹੀਨਿਆਂ ਦੇ ਵਿੱਚ ਉਹ ਵੀ ਮੈਂ 8 ਦਿਨ ਘੱਟ ਹੀ ਖਾਧੀ ਦਵਾਈ ਅਤੇ ਮੈਂ ਠੀਕ ਹੋ ਗਈ ਬਿਲਕੁਲ। ਫਿਰ ਮੈਂ ਇੱਥੋਂ ਬਾਗੀ ਤੋਂ ਕਰਵਾਇਆ, CT ਸਕੈਨ ਕਰਵਾਈ, ਸਾਰੇ ਟੈਸਟ ਦੁਬਾਰਾ ਕਰਵਾਏ ਵੀ ਕੈਂਸਰ ਹੋ ਫਿਰ ਰਹਿ ਤਾਂ ਨਹੀਂ ਗਿਆ ਕਿਤੇ। ਉਹ ਕਹਿੰਦੇ ਨਹੀਂ ਜੀ ਹੁਣ ਤੂੰ ਬਿਲਕੁਲ ਠੀਕ ਆ।